ਸਾਰੇ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੰਦੀਪ ਸਿੰਘ ਕਲਾਸਿਸ ਦੇ ਵਿੱਚ ਅੱਜ ਦੀ ਇਹ ਵੀਡੀਓ ਸਾਰਿਆਂ ਲਈ ਬੜੀ ਜ਼ਰੂਰੀ ਹੈ ਜਿਨ੍ਹਾਂ ਨੇ ਐਨਟੀਟੀ ਦਾ ਕੋਰਸ ਕੀਤਾ ਹੋਇਆ ਹੈ ਉਹਨਾਂ ਦੇ ਰਿਗਾਰਡਿੰਗ ਜਿਹੜੀ ਇਹ ਵੀਡੀਓ ਹੈ ਨਵੀਂ ਜਿਹੜੀ ਭਰਤੀ ਆਈ ਹੈ ਚੰਡੀਗੜ੍ਹ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਇਸ ਦੇ ਬਾਰੇ ਪੂਰੀ ਡਿਟੇਲ ਚ ਗੱਲ ਕਰਾਂਗੇ ਇਸ ਤੋਂ ਪਹਿਲਾਂ ਆਪਾਂ ਅੱਗੇ ਵਧੀਏ ਜੋ ਇਸ ਚੈਨਲ ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀਆਂ ਵੀਡੀਓਸ ਦੀ ਜਿਹੜੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸੋ ਤੁਹਾਨੂੰ ਹੁਣ ਮੈਂ ਸਿੱਧਾ ਹੀ ਜਿਹੜਾ ਨੋਟੀਫਿਕੇਸ਼ਨ ਤੇ ਲੈ ਕੇ ਜਾਣਾ ਜਿਹਦੇ ਵਿੱਚ ਉਹਨਾਂ ਨੇ ਪੂਰੀ ਤਰ੍ਹਾਂ ਜਿਹੜੀ ਜਾਣਕਾਰੀ ਉਹਦੇ ਵਿੱਚ ਦਿੱਤੀ ਹੋਈ ਹੈ ਆ ਦੇਖ ਸਕਦੇ ਹੋ ਤੁਸੀਂ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਜਿਹੜਾ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦਾ ਠੀਕ ਹੈ ਉਹਦੇ ਵੀ ਰਿਗਾਰਡਿੰਗ ਜਿਹੜੀ ਹੈ ਇਹਦੇ ਵਿੱਚ ਡਿਟੇਲ ਦੇ ਵਿੱਚ ਦੱਸਿਆ ਹੋਇਆ ਹੈ ਤੁਸੀਂ ਦੇਖ ਸਕਦੇ ਆ ਇੰਪੋਰਟੈਂਟ ਜਿਹੜੀ ਚੀਜ਼ ਹੈ ਠੀਕ ਹੈ ਔਨਲਾਈਨ ਜਿਹੜੀ ਇਹਦਾ ਐਪਲੀਕੇਸ਼ਨ ਜਿਹੜੀ ਹੈ ਦੀ ਜਿਹੜੀ ਆ ਫਾਰਮ ਫਿਲਿੰਗ ਹੁੰਦੀ ਹੈ ਠੀਕ ਹੈ ਓਪਨਿੰਗ ਤੇ ਕਲੋਜ਼ਿੰਗ ਡੇਟ ਜਿਹੜੀ ਇਹ ਜਿਹੜੀ ਇੰਪੋਰਟੈਂਟ ਹੈ ਸਭ ਤੋਂ ਤੁਸੀਂ ਇਸ ਨੂੰ ਜਿਹੜਾ ਧਿਆਨ ਰੱਖਣਾ ਹੈ ਕਿ ਓਪਨਿੰਗ ਡੇਟ ਆਫ ਐਪਲੀਕੇਸ਼ਨ ਤੁਹਾਡੇ ਜਿਹੜੇ ਫਾਰਮ ਭਰਨੇ ਸ਼ੁਰੂ ਹੋਣੇ ਆ ਉਹੋ 10 1 24 ਤੋਂ ਠੀਕ ਹੈ ਜੀ 10 1 10 ਜਨਵਰੀ 2024 ਤੋਂ ਤੁਹਾਡੇ ਫਾਰਮ ਜਿਹੜੇ ਹੈ ਭਰਨੇ ਸ਼ੁਰੂ ਹੋਣੇ ਔਰ 5 2 ਤੱਕ ਜਿਹੜੀ ਇਹਦੀ ਡੇਟ ਹੋਣੀ ਹੈ ਤੁਹਾਡੇ ਕੋਲ ਠੀਕ ਹੈ ਲਾਸਟ ਡੇਟ ਟੂ ਡਿਪੋਜ਼ਿਟ ਫੀਸ ਹੈ ਜੀ 8 2 ਠੀਕ ਹੈ ਇਹ ਜਿਹੜੀ ਹੈ ਤੁਸੀਂ ਜਰੂਰ ਜਿਹੜੀ ਹੈ ਧਿਆਨ ਰੱਖਣਾ ਹੈ 10 1 24 ਤੋਂ ਫਾਰਮ ਵੜਿਆ ਹੈ ਫਿਲਲ ਸ਼ੁਰੂ ਹੋਣੇ ਹੈ ਇਹਦੇ ਵੀ ਦੇਖ ਸਕਦੇ ਤੁਸੀਂ ਜਰਨਲ ਦੀਆਂ ਜਨਰਲ ਦੀਆਂ 45 OBC 27 SC ਦੀਆਂ 18 ਪੋਸਟਾਂ ਤੇ EWS ਦੀਆਂ 10 ਟੋਟਲ ਜਿਹੜੀਆਂ 100 ਪੋਸਟ ਜਿਹੜੀਆਂ ਆ ਅ ਇਸ ਵਾਰ ਜਿਹੜੀਆਂ ਇਹਦੇ ਵਿੱਚ ਹੈ ਠੀਕ ਹੈ ਅੱਗੇ ਆਪਾਂ ਅਗਰ ਇਹਦੇ ਵਿੱਚ ਦੇਖਿਆ ਜਾਵੇ ਕਿ ਕੀ ਕੀ ਜਿਹੜਾ ਹੈ ਤੁਹਾਡੇ ਕੋਲ ਅ ਇਹਦੇ ਵਿੱਚ ਅਸੀਂ ਰਿਕੁਆਇਰਮੈਂਟ ਕੀ ਹੈ ਪੇ ਸਕੇਲ ਜਿਹੜਾ ਤੁਸੀਂ ਦੇਖ ਸਕਦੇ ਆ ਠੀਕ ਹੈ ਤੁਸੀਂ ਇਹ ਚੰਡੀਗੜ੍ਹ ਦੀ ਜਿਹੜੀ ਚੰਡੀਗੜ੍ਹ ਐਜੂਕੇਸ਼ਨ ਡਿਪਾਰਟਮੈਂਟ ਦੀ ਸਾਈਟ ਆ ਤੁਸੀਂ ਉਹਦੇ ਵਿੱਚ ਇਹ ਪ੍ਰੋਪਰ ਦੇਖ ਸਕਦੇ ਆ ਆਪਾਂ ਇਹਦੇ ਵਿੱਚ ਮੇਨ ਮਿੰਟ ਪੁਆਇੰਟਸ ਤੇ ਗੱਲ ਕਰਾਂਗੇ ਜਿਵੇਂ ਇਹਦੇ ਵਿੱਚ ਅਸੈਂਸ਼ੀਅਲ ਕੁਆਲੀਫਿਕੇਸ਼ਨ ਤੁਹਾਡੀ ਕੀ ਹੋਣੀ ਚਾਹੀਦੀ ਹੈ ਦੇਖੋ ਇਹਦੇ ਵਿੱਚ ਸੀਨੀਅਰ ਸਕੈਂਡਰੀ ਸਕੂਲ ਸਰਟੀਫਿਕੇਟ ਹੋਣਾ ਚਾਹੀਦਾ ਹੈ ਪਲੱਸ 2 ਦਾ ਠੀਕ ਹੈ ਐਟ ਲੀਸਟ 50% ਮਾਰਕਸ ਠੀਕ ਹੈ ਜਾਂ senior secondary from recognized board at least 45% in accordance with nct regulation theek hai te ik toada jada diploma ya jada nct entity da jada hunda ya theek hai oh jada zarur hona chahida ya theek hai ji is to baad jada ede vich information's hor diti hoya baki ede vich ik ada toada icit da aaya certificate vi chahida hai skill course da jada 80 hours da jada hove theek hai ਇਹ ਵੀ ਤੁਹਾਡੇ ਦੇ ਵਿੱਚ ਲੋਡ ਪਾਵੇਗਾ ਮੋਡ ਆਫ ਜਿਹੜਾ ਸਿਲੈਕਸ਼ਨ ਆ ਉਹ ਹੈਗਾ ਇਹ ਐਗਜ਼ਾਮੀਨੇਸ਼ਨ ਜਿਹੜਾ ਇਹਦਾ ਹੋਣਾ ਆ ਆਬਜੈਕਟਿਵ ਬੇਸ ਆ 150 ਮਾਰਕਸ ਦਾ ਪੇਪਰ ਆ 40% ਜਿਹੜੇ ਆ ਕੁਆਲੀਫਾਈਂਗ ਮਾਰਕਸ ਜਿਹੜੇ ਉਹ ਤੁਹਾਡੇ ਲਈ ਜ਼ਰੂਰੀ ਆ ਕੋਈ ਇੰਟਰਵਿਊ ਨਹੀਂ ਇਹਦੇ ਵਿੱਚ ਰਿਟਨ ਟੈਸਟ ਬਸ ਹੋਣਾ ਆ ਉਹਦੇ ਰਿਗਾਰਡਿੰਗ ਜਿਹੜੇ ਇਹਨਾਂ ਨੇ ਤੁਹਾਨੂੰ ਦੱਸਤਾ ਹੋਇਆ ਕਿ ਨੰਬਰ ਆਫ ਕੁਐਸਚਨਸ ਕਿੰਨੇ ਆ ਔਰ ਟਾਈਮ ਟਾਈਕ ਇੰਟ ਦਾ ਤੁਹਾਡੇ ਕੋਲ ਟਾਈਮ ਹੋਣਾ ਔਰ ਇਹ ਜਿਹੜਾ ਆ ਤੁਸੀਂ ਇਸ ਵੀਡੀਓ ਦੇ ਵਿੱਚ ਇਹਦਾ ਸਕਰੀਨਸ਼ਾਟ ਜਿਹੜਾ ਲੈ ਸਕਦੇ ਆ ਦਸ ਟੌਪਿਕਾ ਜਿਹਦੇ ਵਿੱਚ ਉਹਨੇ ਪ੍ਰੋਪਰ ਦੱਸਿਆ ਹੋਇਆ ਹੈ ਕਿ ਜਰਨਲ ਅਵੇਸ ਨੇ ਦੇ 15 ਮਾਰਕਸ ਰੀਜ਼ਨਿੰਗ ਅਬਿਲਟੀ ਦੇ 15 ਕੁਐਸ਼ਨਸ ਟੀਚਿੰਗ ਅਪਟੀਟਿਊਡ ਤੇ ਪੈਡਾਗੋਜੀ ਦੇ 30 ਕੁਐਸ਼ਨ ਇਨਫੋਰਮੇਸ਼ਨ ਕਮਿਊਨੀਕੇਸ਼ਨ ਦੇ 15 ਸੋ ਇਹਦਾ ਸਾਰਾ ਇਹਨਾਂ ਨੇ ਦੱਸਦੇ ਜਿਵੇਂ ਮੈਥਮੈਟਿਕਸ ਦੇ 15 ਜਰਨਲ ਸਾਇੰਸ ਦੇ 15 ਸੋਸ਼ਲ ਸਾਇੰਸ ਦੇ 15 ਠੀਕ ਹੈ ਔਰ ਹਿੰਦੀ ਪੰਜਾਬੀ ਔਰ ਇੰਗਲਿਸ਼ ਤਿੰਨਾਂ ਦੇ ਜਿਹੜੇ 10-10 ਮਤਲਬ 30 ਕੁਐਸ਼ਨ ਆ ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੁੰਦੇ ਆ ਜਿਹੜੇ ਲੈਂਗੁਏਜ ਠੀਕ ਹੈ 30 ਮਾਰਕਸ ਰਏ ਤੁਹਾਡੇ ਕੋਲ ਹੁੰਦੇ ਆ ਜਿਹੜਾ ਇੱਕ ਹੋਰ ਇੰਪੋਰਟੈਂਟ ਸੀ ਜਿਹੜੀ ਇਹ ਡਿਫਿਕਲਟੀ ਲੈਵਲ ਆ ਉਹ ਜਿਹੜਾ ਹੈਗਾ 10ਵੀਂ ਤੱਕ ਦਾ ਮਿਨੀਮਮ ਤਾਨੂੰ 40% ਜਿਹੜੇ ਮਾਰਕਸ ਇਹਦੇ ਵਿੱਚੋਂ ਚਾਹੀਦੇ ਆ ਔਰ ਇਹਦੇ ਵਿੱਚ 네ਗੇਟਿਵ ਮਾਰਕਿੰਗ ਵੀ ਜਿਹੜੀ ਹੈਗੀ ਆ 0.25 ਜਿਹੜੇ ਮਾਰਕਸ ਆ ਤੁਹਾਡੀ ਹਰੇਕ ਗਲਤ ਕੁਐਸਚਨ ਤੇ ਤੁਹਾਡੇ ਜਿਹੜੇ ਆ ਉਹ ਡਿਟेक्ट ਕੀਤੇ ਜਾਣੇ ਆ ਤੁਹਾਡੇ ਮਾਰਕਸ ਦੇ ਵਿੱਚੋਂ ਠੀਕ ਹੈ ਜੀ ਸੋ ਨੈਗੇਟਿਵ ਮਾਰਕਿੰਗ ਦੇ ਤੱਕ ਪਹਿਲਾਂ ਵੀ ਜਣੀਆਂ ਪੋਸਟਾਂ ਆ ਲੈਕਚਰਰ ਵਾਲੀਆਂ ਜਾਂ ਜੀਬੀਟੀ ਇਹਨਾਂ ਦੇ ਵਿੱਚ ਨੈਗੇਟਿਵ ਮਾਰਕਿੰਗ ਜਿਹੜੀ ਹੈ ਹੁਣ ਥੋੜੀ ਦੇਖਣ ਨੂੰ ਮਿਲਦੀ ਪਈ ਆ ਠੀਕ ਹੈ ਬਾਕੀ ਜਿਹੜੇ ਪੰਜਾਬ ਦੇ ਵੀ ਜਿਹੜੇ ਬਾਕੀ ਟੈਸਟ ਹੁੰਦੇ ਉਹਦੇ ਵਿੱਚ ਹਜੇ ਪੰਜਾਬੀ ਦਾ ਮਤਲਬ ਪੰਜਾਬੀ ਤੇ ਵੀ ਕਈ ਪੇਪਰਸ ਆ ਅਗਰ ਆਪਾਂ ਦੇਖਿਆ ਜਾਵੇ ਜਿਹ ਲੈਕਚਰ ਆ ਦੇ ਜਿਹੜੇ ਪੇਪਰ ਹੋਣੇ ਉਹਦੇ ਵਿੱਚ ਵੀ ਜਿਹੜੇ ਨੈਗੇਟਿਵ ਮਾਰਕਿੰਗ ਆ ਠੀਕ ਹੈ ਇਹ ਇਹ ਨਵਾਂ ਸਾਨੂੰ ਦੇਖਣ ਨੂੰ ਮਿਲਦਾ ਸੋ ਆਪਾਂ ਇਹ ਵੀ ਅੰਦਾਜ਼ਾ ਲਾਸ ਦਿੰਦੇ ਆ ਕਿ ਅੱਗੇ ਜਾ ਕੇ ਕੁਝ ਪੇਪਰਸ ਇਦਾਂ ਦੇ ਆ ਸਕਦੇ ਜਿਦੇ ਵਿੱਚ ਹੁਣ ਨੈਗੇਟਿਵ ਮਾਰਕਿੰਗ ਜਿਹੜੀ ਆ ਹੋਇਆ ਕਰੇਗੀ ਠੀਕ ਹੈ ਜੀ ਕਿਉਂਕਿ ਨਵੇਂ-ਨਵੇਂ ਜਦੋਂ-ਜਦੋਂ ਅੱਗੇ-ਅੱਗੇ ਵਧੀ ਜਾ ਰਹੇ ਆ ਨਵੇਂ-ਨਵੇਂ ਚੀਜ਼ਾਂ ਜਿਹੜੀਆਂ ਐਡ ਹੋਈ ਜਾਂਦੀਆਂ ਨਵੇਂ-ਨਵੇਂ process ਐਡ ਹੋਈ ਜਾਂਦਾ ਪਏ ਠੀਕ ਹੈ ਤਾਂ ਇਹ ਕੁਝ ਜਿਹੜੀਆਂ ਸਿਕਾ ਸਿਲੈਕਸ਼ਨ process ਜਿਹੜਾ ਆ ਉਹ ਤੁਹਾਡਾ ਜਿਵੇਂ ਪਤਾ ਹੀ ਆ ਸਾਰਾ ਅਨਸਰ ਕੀਜ਼ ਜਿਹੜਾ ਅਪਲੋਡ ਹੁੰਦੀਆਂ ਆ ਠੀਕ ਹੈ ਫਿਰ ਤੁਸੀਂ ਓਬਜੈਕਸ਼ਨ ਕਰ ਸਕਦੇ ਆ ਤੇ ਜਿੰਨੇ ਜਿਹੜੇ ਜਿਹੜੇ ਕੈਂਡੀਡੇਟਸ ਮਾਰਕਸ ਜਿੰਨਾਂ ਦੇ ਆ ਉਹ ਸਭ ਕੁਝ ਜਿਹੜਾ ਉਹਨਾਂ ਨੇ ਡਾਊਨਲੋਡ ਜਿਹੜਾ ਉਹਨਾਂ ਨੇ ਕਰਨ ਦਾ ਨਾਮ ਮੈਰਿਟ ਬੇਸਡ ਤੇ ਆਧਾਰ ਤੇ ਫਿਰ ਉਹਨਾਂ ਨੇ ਤੁਹਾਡੇ ਜਿਹੜੀ ਸਕਰੂਟੀ ਕਰਨੀ ਹੈ ਠੀਕ ਹੈ ਸੋ ਇਹ ਜਿਹੜੀ ਏਜ ਲਿਮਿਟ ਇਹਦੇ ਵਿੱਚ 18 ਤੋਂ 37 ਸਾਲ ਠੀਕ ਹੈ ਬਾਕੀ ਜਿਹੜੀ ਰਿਲੈਕਸੇਸ਼ਨ ਜਿਹੜੀ ਉਹ ਮਿਲਦੀ-ਮਿਲਦੀ ਹੈ ਠੀਕ ਹੈ ਤਾਂ ਜਿਹੜਾ ਬਸ ਇਹੀ ਇੰਪੋਰਟੈਂਟ ਸਿੱਗੀ ਨਿਊਜ਼ ਤੁਸੀਂ ਬਸ ਯਾਦ ਰੱਖਣਾ ਹੈ 10 ਇੱਕ 24 ਤੋਂ ਜਿਹੜਾ ਐਗਜ਼ਾਮ ਜਿਹੜੇ ਇਹਨਾਂ ਦੇ ਫਾਰਮ ਭਰਨੇ ਆ ਜਿਹੜੇ ਉਹ ਸ਼ੁਰੂ ਹੋਣੇ ਆ ਉਮੀਦ ਹੈ ਤੁਹਾਨੂੰ ਜਿਹੜੀ ਵੀਡੀਓ ਵਧੀਆ ਲੱਗੀ ਹੋਏਗੀ ਵੀਡੀਓ ਦੇ ਅਖੀਰ ਤੱਕ ਅਖੀਰ ਤੱਕ ਬਣੇ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ